ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਦੀ ਅਗਵਾਈ ਵਿੱਚ ਜ਼ਿਲ੍ਹੇ ਦੀ ਵਪਾਰਕ ਰੇਤ ਮਾਈਨਿੰਗ ਸਾਈਟਾਂ 'ਤੇ H1 ਬੁਲੀਕਾਰਾਂ ਦੇ ਨੌਸ਼ਹਿਰਾ ਸਤਿਆਲ ਬੜਿਆਲ ਦੇ ਸਾਈਟਾਂ ਦਾ ਲੋਡ ਡਰਾ ਕੱਢਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਦੱਸਿਆ ਕਿ ਇਹ ਪਰਚੀਆਂ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਕੱਢੀਆਂ ਗਈਆਂ ਨੇ, ਜਿਸ ਵਿੱਚ ਪਰਚੀ ਮੁਤਾਬਕ ਪਹਿਲਾ ਅਧਿਕਾਰ ਜਲੰਧਰ ਦੀ ਕੰਪਨੀ ਨੂੰ ਮਿਲਿਆ ਹੈ। ਜੇਕਰ ਉਹ ਕਿਸੇ ਕਾਰਨ ਕੰਮ ਨਹੀਂ ਕਰਦੀ ਤਾਂ ਦੂਸਰੇ ਨੰਬਰ ਦੀ ਕੰਪਨੀ ਜੋ ਚੰਡੀਗੜ੍ਹ ਦੀ ਹੈ ਉਸ ਨੂੰ ਅਧਿਕਾਰ ਹੋਵੇਗਾ, ਜਦਕਿ ਤੀਸਰੀ ਕੰਪਨੀ ਵੀ ਜਲੰਧਰ ਦੀ ਹੀ ਹੈ। ਇਸੇ ਤਰ੍ਹਾਂ ਹੀ ਇਸ ਡਰਾਅ ਵਿੱਚ 3 ਪਰਚੀਆਂ ਕੱਢੀਆਂ ਗਈਆਂ ਸਨ। ਨੌਸ਼ਹਿਰਾ, ਸੰਦਵਾਲ ਤੇ ਬੰਦਿਆਲ, ਇਹਦੀ ਡਰੋਪ ਲੋਟਸ 'ਤੇ ਰਾਹੀਂ ਪਰਚੀਆਂ ਕੱਢੀ ਗਈ ਹੈ। ਇਹ ਤਿੰਨੋਂ ਸਾਈਟਸ 'ਤੇ ਠੇਕੇਦਾਰ ਮਾਈਨਿੰਗ ਆਪਰੇਸ਼ਨ ਕਰੇਗਾ। ਇਹ ਪਰਚੀਆਂ ਪੂਰਾ ਟੈਕਨੀਕਲ ਬਿਡਿੰਗ ਕੰਪਲੀਟ ਕਰਨ ਤੋਂ ਬਾਅਦ, ਉਸਦਾ ਐਨਾਲਿਸਿਸ ਕਰਨ ਤੋਂ ਬਾਅਦ ਕੱਢੀਆਂ ਗਈਆਂ ਨੇ। ਇਹਨਾਂ ਸਾਈਟਸ ਦੀ ਆਲਰੇਡੀ CR ਦੀ ਅਪਰੂਵਲ, ਇਨਵਾਇਰਮੈਂਟ ਕਲੀਅਰੈਂਸ ਸਭ ਕੁਝ ਹੋ ਚੁੱਕਿਆ ਹੈ। ਉਸ ਤੋਂ ਬਾਅਦ ਇਹ ਪਰਚੀਆਂ ਕੱਢੀ ਗਈਆਂ। ਪਰਚੀਆਂ ਦੇ ਵਿੱਚ ਜਿਹੜਾ ਸਾਡਾ ਫਸਟ H1 ਆਇਆ, ਜਿਹਨੂੰ ਇਹ ਦਿੱਤਾ ਜਾਏਗਾ, ਜਿਹਦੇ ਕੋਲ ਪਹਿਲਾ ਰਾਈਟਸ ਹੋਏਗਾ, ਉਹ ਹੈ ਕੀਰਤ ਬਿਲਡਿੰਗ ਮਟੀਰੀਅਲ, ਖਾਮੜਾ, ਜਲੰਧਰ। ਇਸ ਤੋਂ ਇਲਾਵਾ 2 ਪਰਚੀਆਂ ਔਰ ਕੱਢੀ ਗਈਆਂ। ਜੇਕਰ ਇਨ ਕੇਸ ਪਹਿਲੀ ਵਾਲੀ ਪਰਚੀ ਵਾਲਾ ਜੋ ਬਿਡਰ ਹੈ ਉਹ ਨਹੀਂ ਕੰਮ ਕਰਦਾ ਜਾਂ ਕੋਈ ਕਾਰਨ ਹੁੰਦਾ, ਉਹਦਾ ਡਿਪਾਰਟਮੈਂਟ ਵੱਲੋਂ ਕੈਂਸਲ ਕੀਤਾ ਜਾਂਦਾ, ਤਾਂ ਸੈਕਿੰਡ ਰਾਈਟ AVS ਟਾਇਰਸ ਮਨੀ ਮਾਜਰਾ ਚੰਡੀਗੜ੍ਹ ਨੂੰ ਜਾਏਗਾ, ਅਤੇ 3rd ਰਾਈਟ ਆਕਾਸ਼ ਇੰਟਰਪ੍ਰਾਈਜ਼ ਜਲੰਧਰ ਨੂੰ ਜਾਏਗਾ। ਇਹ ਸਾਰੀ ਪਰਚੀਆਂ ਜਿਹੜੀ ਹੈ ਬੜੀ ਟਰਾਂਸਪੇਰੈਂਟ ਮੈਨਰ ਨਾਲ ਇੱਥੇ ਪੂਰੀ ਵੀਡੀਓ ਰਿਕਾਰਡਿੰਗ ਅਤੇ ਮੀਡੀਆ ਦੀ ਪ੍ਰੈਜੈਂਸ ਅਤੇ ਸਾਰੇ ਹੀ ਬਿਡਰਸ ਦੀ ਪ੍ਰੈਜੈਂਸ ਦੇ ਵਿੱਚ ਕੱਢੀਆਂ ਗਈਆਂ ਨੇ। ਇੱਕ ਬਹੁਤ ਟਰਾਂਸਪੇਰੈਂਟ ਪ੍ਰੋਸੀਜਰ ਦੇ ਨਾਲ ਇਹਨਾਂ ਦੇ ਸਾਰਿਆਂ ਦੇ ਸਾਹਮਣੇ ਹੀ ਪਰਚੀਆਂ ਬਣਾ ਕੇ ਇੱਕ ਬਾਊਲ ਦੇ ਵਿੱਚ ਪਾਈ ਗਈਆਂ ਨੇ, ਅਤੇ ਉਸ ਤੋਂ ਬਾਅਦ DC ਵੱਲੋਂ ਇਹ ਪਰਚੀਆਂ ਨਿਕਾਲੀ ਗਈਆਂ। ਸਾਨੂੰ ਉਮੀਦ ਹੈ ਕਿ ਜਲਦ ਤੋਂ ਜਲਦ ਬਿਡਰ ਜਿਸ ਦਾ ਵੀ ਸਕਸੈਸਫੁਲ ਹੋਇਆ ਹੈ ਉਹ ਮਾਈਨਿੰਗ ਵਾਲਾ ਕੰਮ ਸ਼ੁਰੂ ਕਰੇਗਾ, ਤਾਂ ਕਿ ਜ਼ਿਲ੍ਹੇ ਦੇ ਵਿੱਚ ਲੀਗਲ ਤਰੀਕੇ ਤੋਂ ਮਾਈਨਿੰਗ ਹੁਣ ਅੱਗੇ ਸ਼ੁਰੂ ਹੋਈ ਹੈ। ਇਸ ਤੋਂ ਇਲਾਵਾ ਇੱਕ ਔਰ ਟੈਂਡਰ, ਇੱਕ ਔਰ ਕਲਸਟਰ ਦਾ ਟੈਂਡਰ ਲਗਾਇਆ ਗਿਆ ਡਿਪਾਰਟਮੈਂਟ ਵੱਲੋਂ, ਉਸਦਾ ਵੀ ਸੇਮ ਪ੍ਰਣਾਲੀ ਅਡੋਪਟ ਕੀਤੀ ਜਾਏਗੀ। ਹਲੇ ਉਸ ਟੈਂਡਰ ਦੀ ਬਿਡਸ ਆ ਕੇ ਟੈਕਨੀਕਲ ਐਨਾਲਿਸਿਸ ਕਰਨੀ ਪੈਂਡਿੰਗ ਹੈ, ਉਸ ਤੋਂ ਬਾਅਦ ਇਹ ਬਿਡਸ ਕੱਢੀ ਜਾਣਗੇ। ਦੇਖੋ, ਆਲਰੇਡੀ ਨਾ ਸਰਕਾਰ ਵੱਲੋਂ ਪਬਲਿਕ ਮਾਈਨਿੰਗ ਸਾਈਟਸ ਸ਼ੁਰੂ ਕੀਤੀਆਂ ਗਈਆਂ ਨੇ, ਜਿਹਦੇ ਵਿੱਚ ਬੱਸੀ ਗੁਲਾਮ ਸਾਈਟ ਸਾਡੀ ਸਭ ਤੋਂ ਵੱਡੀ ਸਾਈਟਸ ਹੈ। ਉੱਥੇ ਰੋਜ਼ਾਨਾ ਤੌਰ 'ਤੇ ਕਾਫੀ ਜ਼ਿਆਦਾ ਪਬਲਿਕ ਮਾਈਨਿੰਗ ਕੀਤੀ ਜਾ ਰਹੀ ਹੈ, ਜਿਸ ਦਾ ਡਿਪਾਰਟਮੈਂਟ ਵੱਲੋਂ ਬਹੁਤ ਟਰਾਂਸਪੇਰੈਂਟ ਤਰੀਕੇ ਨਾਲ ਪਰਚੀਆਂ ਕੱਟੀਆਂ ਜਾਂਦੀਆਂ ਹੈ, ਅਤੇ ਰੈਵੇਨਿਊ ਜੋ ਹੈ ਸਰਕਾਰ ਕੋਲ ਜਮ੍ਹਾਂ ਹੁੰਦਾ। ਅਤੇ ਜੇਕਰ ਕੋਈ ਵੀ ਅਵੈਧ ਮਾਈਨਿੰਗ ਵਾਲਾ ਜਿਸ ਤਰ੍ਹਾਂ ਤੁਸੀਂ ਨੋਟਿਸ ਲਾਇਆ, ਸਾਡੇ ਨੋਟਿਸ ਆਏਗਾ, ਅਸੀਂ ਉਸ 'ਤੇ ਬਹੁਤ ਸਖ਼ਤ ਕਾਰਵਾਈ ਕਰਾਂਗੇ। ਆਲਰੇਡੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜਿਹੜੀ ਮਾਈਨਿੰਗ ਦੀ ਰਿਕਵਰੀ ਹੈ ਉਹ ਸਭ ਤੋਂ ਵੱਧ ਹੈ। ਇਸ ਦੇ ਵਿੱਚ ਕੋਈ ਵੀ ਇਲੀਗਲ ਮਾਈਨਿੰਗ ਵਾਲੇ ਆਉਂਦੇ ਆ ਉਸਦੀ ਵੀ ਰਿਕਵਰੀ ਕੀਤੀ ਜਾਂਦੀ ਹੈ, ਕੋਈ ਬਾਹਰੋਂ ਹਿਮਾਚਲ ਤੋਂ ਆਉਂਦੇ ਉਹਦੀ ਵੀ ਰਿਕਵਰੀ ਕੀਤੀ ਜਾਂਦੀ ਹੈ। ਸਾਰੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਰਿਕਵਰੀ ਹੁਸ਼ਿਆਰਪੁਰ ਦੇ ਵਿੱਚ ਹੀ ਹੋ ਰਹੀ ਹੈ। ਇਸ ਦੇ ਲਈ ਸਾਡੀ ਟੀਮਸ ਕੰਸਟੀਟਿਊਟਿਡ ਨੇ, ਨਾਕੇ ਸਾਡੇ ਵੱਲੋਂ ਲਗਾਏ ਗਏ ਨੇ, ਇੰਟਰ ਸਟੇਟ ਬਾਉਂਡਰੀ ਨਾਕੇ ਵੀ ਲਗਾਏ ਗਏ ਹੈ, ਅਤੇ ਰੈਗੂਲਰਲੀ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਨਾਲ ਪੁਲਿਸ ਡਿਪਾਰਟਮੈਂਟ ਅਤੇ ਸੈਕਰੇਟਰੀ RTA ਵੱਲੋਂ ਵੀ ਚੈਕਿੰਗ ਹੋ ਰਹੀ ਹੈ ਅਤੇ ਚਲਾਨ ਕੀਤੇ ਜਾ ਰਹੇ। ਇਸ ਤੋਂ ਇਲਾਵਾ ਜਿਹੜੀ 4 ਪਬਲਿਕ ਮਾਈਨਿੰਗ ਸਾਈਟਸ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਲਾਂਚ ਕੀਤੀ ਗਈ ਸੀ, ਉਹਨਾਂ ਪਬਲਿਕ ਮਾਈਨਿੰਗ ਸਾਈਟਸ ਤੋਂ ਆਲਰੇਡੀ 62 ਲੱਖ ਦਾ ਰੈਵੇਨਿਊ ਸਰਕਾਰ ਵੱਲੋਂ ਕਲੈਕਟ ਕਰ ਦਿੱਤਾ ਗਿਆ। ਇਹਨਾਂ ਪਬਲਿਕ ਮਾਈਨਿੰਗ ਸਾਈਟਸ 'ਤੇ ਕੋਈ ਵੀ ਵਿਅਕਤੀ ਆ ਕੇ ਆਪਣੀ ਗੱਡੀ ਲਿਆਏ, ਆਪਣੀ ਲੇਬਰ ਲਿਆਏ, 5.5 ਰੁਪਏ ਪਰ ਕਿਊਬਿਕ ਫੀਟ ਰੁਪਏ ਨਾਲ ਪੈਸੇ ਜਮ੍ਹਾਂ ਕਰਾ ਕੇ ਕੋਈ ਵੀ ਰੇਤਾ ਲੈ ਕੇ ਜਾ ਸਕਦਾ।